ਇੱਕ ਭਿਆਨਕ ਸੜਕੀ ਹਾਦਸੇ ਦੇ ਵਿੱਚ 5 ਸਾਲ ਦੇ ਮਾਸੂਮ ਦੀ ਮੌਤ ਹੋ ਗਈ। ਦੱਸ ਦਈਏ ਕਿ ਇਹ ਮਾਸੂਮ ਬੱਚਾ ਆਪਣੀ ਮਾਂ ਅਤੇ ਮਾਮੇ ਦੇ ਨਾਲ ਬਾਈਕ ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਸਕੂਲੀ ਵੈਨ ਨੇ ਜ਼ੋਰਦਾਰ ਟੱਕਰ ਮਾਰੀ, ਜਿਸ ਦੇ ਨਾਲ ਮਾਸੂਮ ਬੱਚੇ ਦੀ, ਜਿਸ ਦੀ ਉਮਰ 5 ਸਾਲ ਦੀ ਹੈ, ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਇਸ ਬੱਚੇ ਦੇ ਮਾਮੇ ਦੇ ਗੰਭੀਰ ਸੱਟਾਂ ਲੱਗੀਆਂ ਨੇ ਔਰ ਮਾਂ ਦੇ ਵੀ ਸੱਟਾਂ ਲੱਗੀਆਂ ਨੇ, ਜੋ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ। ਤਾਂ ਦੱਸ ਦਈਏ ਕਿ ਹਾਦਸੇ ਤੋਂ ਬਾਅਦ ਵੈਨ ਨੂੰ ਛੱਡ ਕੇ ਡਰਾਈਵਰ ਫਰਾਰ ਹੋ ਗਿਆ। ਸਮਰਾਲਾ ਦੇ ਪਿੰਡ ਲੋਪੋ ਵਿਖੇ ਇਹ ਭਿਆਨਕ ਸੜਕੀ ਹਾਦਸਾ ਹੋਇਆ। ਬੱਚਾ ਆਪਣੀ ਮਾਂ ਦੇ ਨਾਲ ਨਾਨਕੇ ਪਿੰਡ ਆਇਆ ਹੋਇਆ ਸੀ ਔਰ ਮਾਮਾ ਆਪਣੀ ਭੈਣ ਅਤੇ ਭਾਣਜੇ ਨੂੰ ਬਾਈਕ ਤੇ ਛੱਡਣ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਇਹ ਭਿਆਨਕ ਸੜਕੀ ਹਾਦਸਾ ਹੋਇਆ। ਇਸ ਘਟਨਾ ਦੇ ਵਿੱਚ ਮਾਸੂਮ ਬੱਚੇ ਜਸ਼ਰਾਜ ਸਿੰਘ ਦੀ ਮੌਕੇ ਤੇ ਮੌਤ ਹੋਈ, ਜਦਕਿ ਉਸਦਾ ਮਾਮਾ ਇੰਦਰਜੀਤ ਸਿੰਘ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ, ਜੋ ਹਾਲੇ ਤੱਕ ਬੇਹੋਸ਼ ਹੈ। ਬੱਚੇ ਦੀ ਮਾਂ ਨੂੰ ਵੀ ਕਾਫੀ ਸੱਟਾਂ ਲੱਗੀਆਂ ਨੇ ਪਰ ਉਸਦੀ ਹਾਲਤ ਠੀਕ ਹੈ। ਤਾਂ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਹਰ ਐਂਗਲ ਤੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਹ ਤਿੰਨੇ ਜਾਣੇ ਬਾਈਕ ਤੇ ਸਵਾਰ ਸੀ ਤਾਂ ਪਿੱਛੋਂ ਸਕੂਲ ਦੀ ਵੈਨ ਨੇ ਜ਼ੋਰਦਾਰ ਟੱਕਰ ਮਾਰੀ, ਜਿਸ ਦੇ ਨਾਲ 5 ਸਾਲ ਦੇ ਮਾਸੂਮ ਦੀ ਮੌਕੇ ਤੇ ਹੀ ਜਾਨ ਚਲੀ ਗਈ। ਮੇਰੀ ਬੇਟੀ, ਮੇਰਾ ਬੇਟਾ ਮਤਲਬ ਜਸਰਾਜ, ਮਤਲਬ ਮੇਰਾ ਦੋਤਾ, ਬੀਜੇ ਬੱਸ ਚੜ੍ਹਨ ਨੂੰ ਜਾ ਰਹੇ ਸੀ। ਉਹ ਮਤਲਬ 6:30 ਦਾ ਟਾਈਮ ਸੀਗਾ ਜੀ, ਅਤੇ ਉਹਨਾਂ ਦੇ ਬੈਗ 'ਤੇ ਮੈਂ ਮਤਲਬ ਜਾ ਰਿਹਾ ਸੀ ਥੋੜ੍ਹੀ ਕੁ ਪਿੱਛੇ, ਮਤਲਬ ਸਾਡੇ ਪਿੰਡ ਨਿਕਲ ਤੋਂ ਜਾਣੀ ਮਤਲਬ 1 ਕਿੱਲਾ ਫਰਲਾਂਗ ਦੇ ਉੱਤੇ ਜਾ ਕੇ ਮਤਲਬ ਉਹ ਵੈਨ ਬੜੀ ਤੇਜ਼ ਨਾਲ ਆ ਰਹੀ ਸੀ। ਸਕੂਲ ਵੈਨ ਸੀਗੀ ਉਹ, ਪੀਲੇ ਰੰਗ ਦੀ, ਅਤੇ ਉਹਨੇ ਮਤਲਬ ਜ਼ਬਰਦਸਤੀ ਸਾਈਡ ਮਾਰੀ ਮੁੰਡੇ ਦੇ ਵਿੱਚ, ਇੱਦਾਂ ਲੱਗਿਆ ਜਿਵੇਂ ਮਤਲਬ ਸਿੱਧੀ ਟੱਕਰ ਹੋਈ ਹੁੰਦੀ ਆ, ਠੀਕ ਆ। ਅਤੇ ਉਹ ਬੇਟੀ ਮਤਲਬ ਇੱਕ ਸਾਈਡ 'ਤੇ ਅਗਰ ਕਿ ਮੁੰਡਾ ਵਿੱਚ ਵੈਨ ਦੇ ਬਹੁਤ ਜ਼ਬਰਦਸਤੀ ਲੱਗਿਆ, ਅਤੇ ਉਹ ਵੀ ਮਤਲਬ ਜਿਹੜਾ ਮੇਰਾ ਦੋਤਾ ਸੀ ਉਹ ਵੀ ਵੈਨ ਦੇ ਵਿੱਚ ਲੱਗ ਕੇ ਨੀਚੇ ਗਿਰਿਆ, ਮੁੰਡਾ ਵੀ ਮਤਲਬ ਉਹ ਹੋ ਗਿਆ ਜੀ। ਅਤੇ ਮੈਂ ਕੁਦਰਤੀ ਮਗਰੋਂ ਆ ਰਿਹਾ ਸੀ ਅਤੇ ਉਹਦੇ ਆਉਂਦੇ ਸਾਰ ਮੈਂ ਜਦ ਦੇਖਿਆ ਤਾਂ ਉਹ ਲਹੂ ਲਹਾਉਣ ਹੋਏ ਪਏ ਸੀਗੇ। ਲਹੂ ਵੈਨ ਵਾਲਾ ਉੱਥੇ ਹੀ ਸੀਗਾ ਜਾਂ ਭੱਜ ਗਿਆ ਸੀਗਾ? ਵੈਨ ਵਾਲਾ ਛੱਡ ਕੇ ਮਤਲਬ ਉਹ ਡੰਤਰ ਹੋਇਆ ਜੀ, ਚੱਕ ਕੇ ਲੈ ਗਏ। ਹਾਂ ਜੀ, ਮੈਨੂੰ ਤਾਂ ਬੱਚਿਆਂ ਦੀ ਪੈ ਗਈ ਜਾਂ ਬੱਚੇ ਮਤਲਬ ਇੰਨੇ ਮਤਲਬ ਉਹ ਲਹੂ ਲਾਉਣ ਤਾਂ ਹੋ ਗਏ ਇੱਕੋ ਲੱਗ, ਤਾਂ ਮੈਂ ਬੱਚਿਆਂ ਨੂੰ ਚੱਕ ਕੇ ਮਤਲਬ ਹਸਪਤਾਲ ਨੂੰ ਲੈ ਕੇ ਗਿਆ ਜੀ। ਹਸਪਤਾਲ ਲਿਜਾ ਕੇ ਮਤਲਬ ਸਿੱਧੂ ਹੋਸਪਿਟਲ ਦੇ ਵਿੱਚ ਮੇਰੇ ਦੋਤੇ ਨੂੰ ਤਾਂ ਮ੍ਰਿਤਕ ਕਰਾਰ ਦਿੱਤਾ ਗਿਆ। ਕਿੰਨੇ ਸਾਲ ਦਾ ਸੀਗਾ ਜੀ ਉਹ? 4.5 ਸਾਲ ਦਾ ਜੀ। ਜਸਰਾਜ ਇਕਲੌਤਾ ਪੁੱਤਰ ਸੀ? ਇਕਲੌਤਾ ਪੁੱਤਰ ਸੀਗਾ ਜੀ। ਅਤੇ ਬਾਕੀਆਂ ਦੇ ਵੀ ਸੱਟਾਂ ਲੱਗੀਆਂ ਨੇ ਜੀ? ਹਾਂਜੀ ਹਾਂਜੀ, ਮੇਰੇ ਬੇਟੇ ਦੇ ਵੀ ਬਹੁਤ ਜ਼ਿਆਦਾ ਜ਼ਬਰਦਸਤ ਸੱਟ ਲੱਗੀ ਆ, ਮਤਲਬ ਉਹ ਮੂੰਹ ਦੇ ਉੱਤੇ ਜਵਾੜਾ ਉਹਦਾ ਟੁੱਟ ਗਿਆ, ਠੀਕ ਆ ਨਾ ਜੀ। ਬਾਕੀ ਉਹਦੇ ਲੱਤਾਂ ਲੁੱਤਾਂ 'ਤੇ ਖਰੋਚ ਆਈ ਆ, ਹੁਣ ਉਹ ਬੇਸੁਰਤ ਆ। ਬੇਸੁਰਤੀ ਦੀ ਹਾਲਤ ਦੇ ਵਿੱਚ ਮੈਂ ਉਹਨੂੰ ਚੱਕ ਕੇ ਲੈ ਕੇ ਗਿਆ, ਜਿੰਨੀ ਦੇਰ ਹੋਸ਼ ਨਹੀਂ ਉਹਦੀ ਉੰਨੀ ਦੇਰ ਬਾਕੀ ਸੱਟਾਂ ਦਾ ਪਤਾ ਨਹੀਂ ਲੱਗਦਾ। ਤੁਹਾਡੀ ਬੇਟੀ ਕਿਵੇਂ ਜੀ? ਬੇਟੀ ਦੇ ਗੁੱਝੀਆਂ ਸੱਟਾਂ ਲੱਗੀਆਂ ਨੇ ਜੀ, ਦਿਮਾਗ ਤੋਂ ਉਹ ਵੀ ਅਪਸੈਟ ਆ। ਅਤੇ ਹੁਣ ਜਸ਼ਰਾਜ ਜਿਹੜਾ ਤੁਹਾਡਾ ਦੋਤਾ ਵਾ, ਉਹਨੂੰ ਕਿੱਥੇ ਲਿਆਂਦਾ ਗਿਆ ਵਾ? ਹੋਸਪਿਟਲ ਲਿਆਂਦਾ ਰੱਖਿਆ ਗਈ ਬੋਡੀ? ਉਹਨੇ ਉਹਦੀ ਬੋਡੀ ਮਤਲਬ ਹੋਸਪਿਟਲ ਤੋਂ ਅਸੀਂ ਸਮਰਾਲੇ ਸਿਵਲ ਹੋਸਪਿਟਲ ਜਮ੍ਹਾਂ ਕਰਾਤੀ, ਲਿਆ ਕੇ ਜੀ। ਐਕਸੀਡੈਂਟ ਦਾ ਕੀ ਅਣਗਹਿਲ ਕੀ ਲੱਗਦਾ ਜੀ, ਕਿੱਦਾਂ ਮੇਰੇ ਅਣਗਹਿਲੀ ਕੀਤੀ ਆ? ਅਣਗਹਿਲੀ ਵੈਨ ਵਾਲੇ ਦੀ, ਕਿਉਂਕਿ ਬੱਚਾ ਮੇਰਾ ਮਤਲਬ ਆਪਣੀ ਸਾਈਡ ਜਾ ਰਿਹਾ, ਠੀਕ ਆ ਨਹੀਂ, ਉਹਨੇ ਭਜਾ ਕੇ ਲਿਆ ਕੇ ਮਤਲਬ ਉਹਨੂੰ ਇੰਨਾ ਨਹੀਂ ਪਤਾ ਹੈਗਾ ਵੀ ਜਿਵੇਂ ਸੜਕ ਵਿਹਲੀ ਹੁੰਦੀ ਆ ਉਹ ਕੌਣ ਭਜਾਈ ਆਉਂਦਾ ਸੀ। ਸਕੂਲ ਵੈਨ ਸੀਗੀ ਜੀ? ਸਕੂਲ ਵੈਨ ਸੀਗੀ। ਕਿਹੜਾ ਸਕੂਲ ਵੈਨ ਸੀ ਤੁਹਾਨੂੰ ਪਤਾ ਲੱਗਿਆ? ਉਹ ਮਗਰੋਂ ਪਤਾ ਲੱਗਾ ਵੀ ਏਅਰਟੈਲ ਸਕੂਲ ਦੀ ਵੈਨ ਸੀ। ਏਅਰਟੈਲ ਮਾਧਪੁਰ ਸਕੂਲ?
ਡਰਾਈਵਰ ਦੀ ਪਛਾਣ ਕਰੀ ਸੀਗੀ ਜੀ, ਮਤਲਬ ਉਹ ਭੱਜ ਗਿਆ ਉਸ ਟਾਈਮ ਮਤਲਬ। ਹਾਂਜੀ, ਇਹ ਨਾ ਰਪਾਲੋ ਪਿੰਡ ਦੇ ਨੇੜੇ ਇੱਕ ਐਕਸੀਡੈਂਟ ਹੋਇਆ। ਸੱਤਿਆ ਭਾਰਤੀ ਏਅਰਟੈੱਲ ਦੀ ਬੱਸ ਸੀਗੀ ਸਕੂਲ ਦੀ, ਅਤੇ ਉਹਦੇ ਵਿੱਚ ਇੱਕ ਬੱਚੇ ਦੀ ਡੈਥ ਹੋਈ ਹੈ। 4.5 ਸਾਲ ਉਮਰ ਸੀ ਜਸਰਾਜ ਸਿੰਘ, ਉਹ ਆਪਣੇ ਨਾਨਕ ਆਪਣੀ ਮਾਤਾ ਨਾਲ ਨਾਨਕੇ ਆਇਆ ਹੋਇਆ ਸੀਗਾ ਲੋਪੋਂ ਪਿੰਡ। ਲੋਪੋਂ ਤੋਂ ਉਹ ਆਪਣੇ ਮਾਮੇ ਨਾਲ ਜਾ ਰਹੇ ਸੀਗੇ ਬੀਜੇ ਨੂੰ ਖੰਨੇ ਵਾਸਤੇ, ਅਤੇ ਜਦੋਂ ਉਹ ਰਪਾਲੋ ਕੋਲ ਪਹੁੰਚੇ ਤਾਂ ਸਾਹਮਣੇ ਏਅਰਟੈੱਲ ਵਾਲਿਆਂ ਦੀ ਜਿਹੜੀ ਸਕੂਲ ਦੀ ਬੱਸ ਸੀ ਉਹ ਆ ਰਹੀ ਸੀ, ਵਿੱਚ ਟੱਕਰ ਹੋ ਗਈ। ਟੱਕਰ ਨਾਲ ਉਹ ਗਿਰ ਕੇ ਜਿਹੜਾ ਬੱਚੇ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ, ਅਤੇ ਜਿਹੜਾ ਉਹਨਾਂ ਦਾ ਮਾਮਾ ਸੀਗਾ ਉਹ ਸੱਟਾਂ ਲੱਗੀਆਂ। ਕਿੰਨੀ ਕੁ ਉਮਰ ਦਾ ਸੀਗਾ ਇਹ ਬੱਚੇ, ਕੀ ਨਾਮ ਹੈ ਇਹਦਾ ਜੀ? ਇਕਲੌਤਾ ਪੁੱਤਰ ਸੀ ਇਹ ਜਸਰਾਜ ਸਿੰਘ, ਇਹਦਾ ਬੱਚੇ ਦਾ ਨਾਂ ਸੀਗਾ। 4.5 ਸਾਲ ਉਮਰ ਸੀਗੀ, ਅਤੇ ਇਹ ਜਿਹੜੇ ਹੈਗਾ ਅਸੀਂ ਇਹਨਾਂ ਦੇ ਅਗੇਂਸਟ ਆ, ਜਿਹੜੇ ਬੱਸ ਵਾਲਿਆਂ ਦੇ ਉਹਨਾਂ ਦੇ ਕਲੇਸ ਅਗੇਂਸਟ ਅਸੀਂ ਐੱਫ ਆਈ ਆਰ ਦਰਜ ਕਰ ਰਹੇ ਹਾਂ। ਇਹ ਸਕੂਲ ਦੀ ਬੱਸ ਸੀ ਜਾਂ ਪ੍ਰਾਈਵੇਟ ਬੱਸਾਂ ਨੇ ਜਿਹੜੀਆਂ? ਸੱਤਿਆ ਭਾਰਤੀ ਸਕੂਲ ਏਅਰਟੈੱਲ ਵੱਲੋਂ ਜਿਹੜੇ ਚਲਾਏ ਜਾ ਰਹੇ ਨੇ ਉਹਨਾਂ ਦੀ ਬੱਸ ਸੀ। ਇਹ ਬੱਸ ਪ੍ਰਾਈਵੇਟ ਸੀਗੀ ਜਾਂ ਉਹਨਾਂ ਦੀ ਆਪਣੀ ਸਕੂਲ ਦੀ ਸੀਗੀ? ਇਹ ਬੱਸ ਤਾਂ ਉਹਨਾਂ ਦੀ ਹਾਇਰ ਕੀਤੀ ਹੋਈ ਸੀ। ਅਤੇ ਮੌਕੇ 'ਤੇ ਫਰਾਰ ਹੋ ਗਿਆ ਜਿਹੜਾ ਡਰਾਈਵਰ? ਹਾਂਜੀ ਹਾਂਜੀ।